ਸਤਿਸ਼ਕਾਰ ਦਰਸ਼ਕੋ, ਮੈਂ ਅਮਿਤਾ ਮਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਸਿਤਾਰਿਆਂ ਨਾਲ ਗੱਲਬਾਤ ਦੇ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪੰਜਾਬੀ 뮤직 ਇੰਡਸਟਰੀ ਦੇ ਇੱਕ ਉੱਭਰਦੇ ਹੋਏ ਕਲਾਕਾਰ ਦੇ ਨਾਲ, ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਆਪਣੇ ਪਹਿਲੇ Song ਪੁੱਤ ਬਾਪੂ ਦਾ ਕੱਢ ਕੇ। ਜੀ ਹਾਂ ਦਰਸ਼ਕੋ, ਮੈਂ ਗੱਲ ਕਰ ਰਹੀ ਹਾਂ ਪੰਜਾਬੀ ਸਿੰਗਰ ਕਰਨ ਵਾਲੀਆ ਜੀ ਦੀ, ਤੇ ਆਓ ਫਿਰ ਉਹਨਾਂ ਦੇ ਨਾਲ ਗੱਲਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਰਨ ਜੀ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਸ਼ੋਅ ਵਿੱਚ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ ਔਰ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ। ਫੈਮਿਲੀ 'ਚ ਪਾਪਾ, ਮਮਾ, ਬ੍ਰਦਰ ਜੀ ਤੇ ਦਾਦਾ ਜੀ, ਤੇ ਬਿਲੋਂਗ ਮੈਂ ਪਿੰਡ ਨਸੀਰੇ ਵਾਲਾ ਮੇਰਾ ਜੀ, ਵਿਲੇਜ ਤੇ ਜ਼ਿਲ੍ਹਾ ਮੋਗਾ ਜੀ। ਜੇ ਅਸੀਂ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ, ਕੀ ਕੋਈ ਹੋਰ ਵੀ ਤੁਹਾਡੀ ਫੈਮਿਲੀ 'ਚ ਹੈਗੇ ਨੇ ਜਿਨ੍ਹਾਂ ਨੇ ਇਸ ਇੰਡਸਟਰੀ ਵਿੱਚ ਆਪਣਾ ਯੋਗਦਾਨ ਦਿੱਤਾ ਹੋਵੇ? ਹੋਰ ਤਾਂ ਵੱਡੇ ਬ੍ਰਦਰ ਸਮਰ ਜੋ ਇਸ ਟਾਈਮ ਕੈਨੇਡਾ 'ਚ ਆ, ਲਿਖਣ ਦਾ ਉਹਨਾਂ ਬਹੁਤ ਸ਼ੌਂਕ ਆ ਜੀ, ਤੇ ਉਹ ਕੋਸ਼ਿਸ਼ ਕਰਾਂਗੇ ਉਹਨਾਂ ਦਾ ਨੈਕਸਟ ਗਾਣਾ ਕਰਨ ਦਾ। ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਵੱਡੇ ਬ੍ਰਦਰ ਨੇ, ਉਹ ਆਲਰੇਡੀ ਇੱਕ ਰਾਈਟਰ ਨੇ, ਗਾਣੇ ਲਿਖਦੇ ਨੇ, ਤੇ ਜਦੋਂ ਤੁਸੀਂ ਆਪਣੀ ਫੈਮਿਲੀ ਨੂੰ ਦੱਸਿਆ ਕਿ ਤੁਸੀਂ ਵੀ ਇਸੇ ਲਾਈਨ ਵਿੱਚ ਆ ਕੇ ਸਿੰਗਰ ਬਣਨਾ ਚਾਹੁੰਦੇ ਹੋ, ਫੈਮਿਲੀ ਨੇ ਰੋਕਿਆ ਨੇ ਕਿ ਨਹੀਂ ਆਲਰੇਡੀ ਇੱਕ ਵੱਡਾ ਭਰਾ ਇੱਧਰ ਹੈ ਤੂੰ ਨਾ ਜਾ, ਤੂੰ ਕੋਈ ਹੋਰ ਲਾਈਨ ਚੁਣ ਲੈ? ਨਹੀਂ, ਫੈਮਿਲੀ ਵੱਲੋਂ ਤਾਂ ਜੀ ਪਹਿਲੇ ਪੂਰੀ ਸਪੋਰਟ ਸੀ, ਸ਼ੁਰੂ ਤੋਂ ਸਪੋਰਟ ਕੀਤੀ ਗਈ ਫੈਮਿਲੀ ਨੇ, ਸਭ ਤੋਂ ਜ਼ਿਆਦਾ ਸਪੋਰਟ ਪਾਪਾ ਦੀ, ਬ੍ਰਦਰ ਦੀ, ਤੇ ਸਪੋਰਟ ਉਸ ਤੋਂ ਜ਼ਿਆਦਾ ਜਿਵੇਂ ਮਾਮਾ ਮਾਮੀ ਜੀ ਜੋ ਕਿ ਕੈਨੇਡਾ ਜਿੱਥੇ ਬ੍ਰਦਰ ਇਸ ਟਾਈਮ ਉਹਨਾਂ ਕੋਲ ਹੀ ਆ, ਉਹਨਾਂ ਨੇ ਬਹੁਤ ਸਪੋਰਟ ਕੀਤੀ, ਲਖਵੀਰ ਪੰਡਾਲਾ ਸਭ ਨੇ ਪੂਰੀ ਸਪੋਰਟ ਕੀਤੀ ਜੀ, ਕਿ ਕਦੇ ਕਿਸੇ ਨੇ ਰੋਕਿਆ ਨਹੀਂ ਜੀ। ਜੀ ਵਧੀਆ। ਜੇ ਅਸੀਂ ਗੱਲ ਕਰੀਏ ਸ਼ੌਂਕ ਦੀ, ਤੁਹਾਡੇ ਵੱਡੇ ਬ੍ਰਦਰ ਜਿਹੜੇ ਹੈਗੇ ਉਹ ਆਲਰੇਡੀ ਇੱਕ ਰਾਈਟਰ ਨੇ, ਤੁਹਾਨੂੰ ਜਿਹੜਾ ਸ਼ੌਂਕ ਪੈਦਾ ਹੋਇਆ ਸਿੰਗਿੰਗ ਦਾ, ਉਹ ਕਿੱਥੋਂ ਪੈਦਾ ਹੋਇਆ? ਉਹਨਾਂ ਨੂੰ ਸ਼ੁਰੂ ਤੋਂ ਹੀ ਲਿਖਣ ਦਾ ਸ਼ੌਂਕ ਸੀ, ਉਹਨਾਂ ਦਾ ਵੀ ਐਮ ਸੀ ਸੁਪਨਾ ਹੈ ਕਿ ਮੈਂ ਗਾਵਾਂ, ਬਟ ਕੰਮ ਕਰ ਥੋੜ੍ਹੇ ਮੋਟੇ ਉਦੋਂ ਬਾਹਰ ਚਲ ਗਏ, ਅਤੇ ਉਹਨਾਂ ਨੂੰ ਵੇਖਦੇ ਵੇਖਦੇ ਫਿਰ ਮੈਨੂੰ ਵੀ ਸ਼ੌਂਕ ਪੈ ਗਿਆ ਗਾਉਣ ਦਾ, ਲਿਖਣ ਦਾ, ਬਸ ਹੁਣ ਕਰਕੇ ਆਪਦੇ ਗਾਣੇ ਕਰਕੇ ਉਹਨਾਂ ਦਾ ਵੀ ਗਾਣਾ ਕਰਾਂਗੇ ਛੇਤੀ। ਜੀ, ਜੇ ਅਸੀਂ ਗੱਲ ਕਰੀਏ ਤੁਹਾਡੇ ਪਹਿਲੇ Song ਪੁੱਤ ਬਾਪੂ ਦਾ, ਇਸ Song ਬਾਰੇ ਸਾਨੂੰ ਦੱਸੋ। ਪਹਿਲਾਂ ਤਾਂ ਇਹ ਦੱਸੋ ਕਿ ਜਦੋਂ Song ਤੁਸੀਂ ਕੀਤਾ ਉਦੋਂ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ, ਕੀ ਫੀਲ ਸੀਗਾ? ਬਹੁਤ ਮਤਲਬ ਮਿਹਨਤ ਬਹੁਤ ਕੀਤੀ ਹੈ ਜੀ ਉਹ ਗਾਣੇ 'ਤੇ, ਕਿ ਕੁਝ ਦਿਖਾਈਏ ਬਣ ਕੇ, ਸਟਰਗਲ ਬਹੁਤ ਕੀਤਾ ਜੀ ਇਸ ਟਾਈਮ। ਪਹਿਲੇ ਫਸਟ ਗਾਣਾ 'ਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਫਸਟ ਗਾਣੇ ਤੋਂ ਹੀ। ਤੇ ਜੇ ਅਸੀਂ ਗੱਲ ਕਰੀਏ ਟੀਮ ਦੀ, ਇੱਕ ਟੀਮ ਹੁੰਦੀ ਪੂਰੇ ਗਾਣੇ ਨੂੰ ਬਣਾਉਣ ਲਈ, ਸਾਨੂੰ ਦੱਸੋ ਕਿ ਤੁਸੀਂ ਕਿਹੜੀ ਟੀਮ ਨਾਲ ਕੰਮ ਕੀਤਾ, ਕਿਹੜਾ ਤੁਹਾਡਾ 뮤직 ਡਾਇਰੈਕਟਰ ਸੀਗਾ, ਵੀਡੀਓ ਡਾਇਰੈਕਟਰ ਕੌਣ ਕੌਣ ਸੀ ਇਸ Song ਵਿੱਚ? ਵੀਡੀਓ ਡਾਇਰੈਕਟਰ ਜੀ ਆਪਣਾ ਵੀਰਾ ਪ੍ਰਿਥਵੀ ਸੁੱਖ ਧਾਲੀਵਾਲ, ਤੇ 뮤직 ਡਾਇਰੈਕਟਰ ਆਪਣੇ ਸੁੱਖਾ ਗੇਲੀ ਜੀ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ, 뮤직 ਡਾਇਰੈਕਟਰ ਵੀ ਤੇ ਵੀਡੀਓ ਡਾਇਰੈਕਟਰ ਨੇ ਵੀ, ਸਭ ਨੇ ਮੈਂ ਪੂਰਾ ਕੋਸ਼ਿਸ਼ ਕੀਤੀ ਵਧੀਆ ਹੋਣ ਲਈ, ਸਾਰਾ ਕੁਝ ਵਧੀਆ ਹੋ ਜਾਏ, ਬਹੁਤ ਵਧੀਆ ਰਹੇ, ਸਭ ਨੇ ਮਿਹਨਤ ਕੀਤੀ ਪੂਰੀ ਗਾਣੇ ਦੀ ਜੀ। ਤੇ ਜੇ ਗੱਲ ਕਰੀਏ ਇਸ ਗਾਣੇ ਨੂੰ ਲਿਖਿਆ ਕਿੰਨੇ, ਜਿਹੜਾ ਤੁਸੀਂ ਗਾਣਾ ਗਾਇਆ ਉਹ ਲਿਖਿਆ ਕਿੰਨੇ? ਗਾਣੇ ਨੂੰ ਲਿਖਿਆ ਵੀ ਮੈਂ ਆਪ ਜੀ ਤੇ ਗਾਇਆ ਤਾਂ ਆਪ ਹੀ ਹਾਂ ਜੀ, ਤੇ ਲਿਖਿਆ ਵੀ ਆਪ ਹੀ ਲਿਖਿਆ ਜੀ ਗਾਣਾ ਵੀ। ਜੀ, ਜਿੱਦਾਂ ਤੁਸੀਂ ਦੱਸਿਆ ਕਿ ਇਹ ਵਾਲਾ ਗਾਣਾ ਤੁਸੀਂ ਆਪ ਲਿਖਿਆ, ਤੁਸੀਂ ਹੋਰ ਵੀ ਬਹੁਤ ਸਾਰੇ ਗਾਣੇ ਲਿਖੇ ਹੋਣੇ, ਤੇ ਤੁਸੀਂ ਜਦੋਂ ਆਪਣੇ ਆਪ ਨੂੰ ਲਾਂਚ ਕਰਨਾ ਸੀ, ਜਦੋਂ ਇਸ ਇੰਡਸਟਰੀ ਵਿੱਚ ਪਹਿਲਾ ਕਦਮ ਰੱਖਣਾ ਸੀਗਾ, ਇਹ ਗਾਣਾ ਕਿਉਂ ਚੁਣਿਆ? ਇਹ ਗਾਣਾ ਗਾਣੇ ਪਿੱਛੇ ਬਹੁਤ ਮਤਲਬ ਗੱਲਬਾਤ ਆ, ਜਿਵੇਂ ਆਪਦੇ ਕਿ ਫਰੈਂਡ ਦੇ ਮਤਲਬ ਘਰਦਿਆਂ ਨੇ ਕਿਹਾ ਸੀ ਕਿ ਉਹਨਾਂ ਦਾ ਮੁੰਡਾ ਕਿ ਨਸ਼ੇ ਪੱਤੇ ਕਰਦਾ ਐ ਆ ਜੀ, ਬਸ ਉਹੀ ਉਦੋਂ ਤੋਂ ਜਿੱਦਣ ਗਾਣਾ ਲਿਖਿਆ ਰੋ ਕੇ ਲਿਖਿਆ ਜੀ ਇਹ ਗਾਣਾ, ਤੇ ਇਸ ਲਈ ਦਿਲ ਕੀਤਾ ਕਿ ਅੰਦਰੋਂ ਆਵਾਜ਼ ਕਿ ਗਾਣਾ ਕਰਨਾ ਤਾਂ ਪਹਿਲਾਂ ਆਹ ਕਰਨਾ, ਹਾਂ ਵੀ ਉਹਨਾਂ ਕੋਲ ਪੜ੍ਹ ਕੇ ਵਿਖਾਉਣਾ ਵਾ ਜੀ। ਹਾਂਜੀ, ਜਿੱਦਾਂ ਤੁਸੀਂ ਇਹ ਗਾਣਾ ਜਦੋਂ ਲਾਂਚ ਕੀਤਾ ਉਦੋਂ ਸਾਡੇ ਦਰਸ਼ਕਾਂ ਨੇ ਗਾਣੇ ਨੂੰ ਖੂਬ ਪਿਆਰ ਦਿੱਤਾ, ਬਹੁਤ ਉਹਨੂੰ ਇਸ ਗਾਣੇ ਨੂੰ ਪਹਿਚਾਣ ਮਿਲੀ, ਤੁਹਾਨੂੰ ਪਹਿਚਾਣ ਮਿਲੀ, ਤੇ ਉਹਦੀਆਂ ਦੋ ਕਲਾਈਨਾਂ ਸਾਡੇ ਦਰਸ਼ਕਾਂ। ਉਹ ਕਹਿੰਦੇ ਬਾਪੂ ਤੇਰਾ ਪੁੱਤ ਨਸ਼ੇ ਕਰਦਾ, ਹੁਣ ਦੇਣਾ ਏ ਜਵਾਬ ਮੈਂ ਤਾਂ ਮੋੜ ਕੇ, ਆ ਪੁੱਤੇ ਉਹਨਾਂ ਦੇ ਹੀ ਚਿੱਟੇ ਪੀਂਦੇ ਫਿਰਦੇ, ਜਿਹੜੇ ਕਰਦੇ ਨੇ ਗੱਲਾਂ ਮੂੰਹ ਜੋੜ ਕੇ, ਸਰੀ ਉੱਤੇ ਹੱਥ ਮੇਰੇ ਮੇਰੀ ਮਾਂ ਦਾ, ਸਰੀ ਉੱਤੇ ਹੱਥ ਮੇਰੇ ਮੇਰੀ ਮਾਂ ਦਾ, ਉਹ ਜਿਹੜੀ ਕਹਿੰਦੀ ਸੀ ਤੂੰ ਇੱਕ ਦਿਨ ਚੰਦ ਬਣੇਗਾ, ਆ ਸ਼ੇਰ ਜਿੱਡਾ ਦਿਲ ਸ਼ੇਰ ਪੁੱਤ ਬਾਪੂ ਦਾ ਨੀ ਕਰ, ਮਿਹਨਤਾਂ ਇੱਕ ਦਿਨ ਬੰਬ ਬਣੂਗਾ, ਸ਼ੇਰ ਜਿੱਡਾ ਦਿਲ ਸ਼ੇਰ ਪੁੱਤ ਬਾਪੂ ਦਾ ਨੀ ਕਰ, ਮਿਹਨਤਾਂ ਇੱਕ ਦਿਨ ਬੰਬ ਬਣੂਗਾ। ਬਹੁਤ ਹੀ ਵਧੀਆ ਜੀ। ਜੇ ਅਸੀਂ ਗੱਲ ਕਰੀਏ ਇਸ ਇੰਡਸਟਰੀ ਵਿੱਚ ਕਿੰਨਾ ਨੂੰ ਸੁਣਨਾ ਜਾਂ ਕਿੰਨਾ ਨੂੰ ਰੋਲ ਮਾਡਲ ਤੁਸੀਂ ਮੰਨਦੇ ਹੋ? ਸੁਣਨਾ ਜੀ ਆਪਣੇ ਕਲਵਿੰਦਰ ਢਿੱਲੋਂ ਸਿੰਗਰ ਜੋ ਇਸ ਟਾਈਮ ਤਾਂ ਆਏ ਨਹੀਂ ਗਏ,
ਤੇ ਉਹਨਾਂ ਦੇ ਮਤਲਬ ਗਾਣੇ ਸੁਣਨੇ ਵਧੀਆ ਲੱਗਦਾ ਕਿ ਉਹਨਾਂ ਨੂੰ ਗਾ ਕੇ ਕੁਝ ਪੇਸ਼ ਕਰ ਸਕੀਏ ਉਹਨਾਂ ਨੂੰ ਜੀ। ਤੇ ਜੇ ਅਸੀਂ ਗੱਲ ਕਰੀਏ ਉਹਨਾਂ ਦਾ ਕੋਈ ਇੱਕ ਫੇਵਰਿਟ Song ਜਿਹੜਾ ਤੁਹਾਡੇ ਦਿਲ ਵਿੱਚ ਹਮੇਸ਼ਾ ਵਾਸ ਕਰਦਾ ਹੈ ਜਾਂ ਜਿਹੜਾ ਤੁਸੀਂ ਹਮੇਸ਼ਾ ਗੁੰਗੁਣਾਉਂਦੇ ਰਹਿੰਦੇ ਹੋ, ਕਿਹੜਾ ਗਾਣਾ? ਹਾਂਜੀ ਇਹ ਗਾ ਜੀ ਉਹਨਾਂ ਦਾ ਕਾਲਜ ਗਾਣਾ ਜੀ ਕਿ ਉੱਠਣੀ ਪਰੀ ਤੋਂ ਜਰਾ ਕੰਨ ਲਾ ਕੇ ਸੁਣ ਮੱਚੀ ਹਾਹਾਕਾਰ ਨੂੰ, ਆ ਸਾਰਾ ਹੀ ਸਟਾਫ ਤੇ ਸਟੂਡੈਂਟ ਵੇਖ ਭੱਜੇ ਜਾਣ ਬਾਹਰ ਨੂੰ, ਉਹ ਫਸ ਗਏ ਕਸੂਤੇ ਅੱਜ ਸ਼ੇਰ ਕਾਗਜ਼ੀ ਦੇ ਮਿੱਟੀ ਵਿੱਚ ਲਿਟਨੇ, ਕਾਲਜੀ ਚ ਕੁੰਡੀਆਂ ਦੇ ਕਾਲਜੀ ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂੰ ਪਵਾ ਤੇ ਪਿੱਟਣੇ, ਕਾਲਜੀ ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂੰ ਪਵਾ ਤੇ ਪਿੱਟਣੇ। ਬਹੁਤ ਹੀ ਵਧੀਆ ਜੀ, ਜਿੱਦਾਂ ਤੁਸੀਂ ਦੱਸਿਆ ਸਾਨੂੰ ਕਿ ਤੁਸੀਂ ਗਾਣੇ ਲਿਖਦੇ ਵੀ ਹੋ ਔਰ ਤੁਸੀਂ ਹੁਣ ਗਾਣਾ ਆਪਣਾ ਕੀਤਾ ਵੀ ਹੈ, ਤੁਸੀਂ ਐਜ਼ ਅ ਸਿੰਗਰ ਵੀ ਸਾਹਮਣੇ ਆਏ ਹੋ, ਦੋਨਾਂ ਚੋਂ ਜੇ ਪੁੱਛਣਾ ਹੋਵੇ ਲਿਖਣਾ ਤੇ ਗਾਣਾ ਦੋਨਾਂ ਚੋਂ ਤੁਹਾਡਾ ਆਪਣਾ ਫੇਵਰਿਟ ਕਿਹੜਾ? ਲਿਖਣਾ ਵੀ ਵਧੀਆ ਲੱਗਦਾ ਪਰ ਗਾਉਣਾ ਥੋੜਾ ਜ਼ਿਆਦਾ ਵਧੀਆ ਲੱਗਦਾ, ਜਦੋਂ ਇੱਕ ਰੂਹ ਨੂੰ ਸਕੂਨ ਜਿਹਾ ਮਿਲ ਜਾਂਦਾ ਜਦੋਂ ਗਾਈਦਾ ਹੈ ਜੀ, ਮਨ ਖੁਸ਼ ਹੋ ਜਾਂਦਾ ਬੰਦੇ ਦਾ ਕਰਕੇ ਜੀ। ਹਾਂਜੀ ਜਿੱਦਾਂ ਤੁਹਾਡੇ ਪਹਿਲੇ ਗਾਣੇ ਨੂੰ ਤਾਂ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ, ਅੱਗੇ ਹੋਰ ਕੀ ਤੁਹਾਡੇ ਪਲਾਨਸ ਨੇ ਕਿ ਅੱਗੇ ਫਿਊਚਰ ਵਿੱਚ ਕਿਹੜੇ ਕਿਹੜੇ ਹੋਰ ਨਵੇਂ ਗਾਣੇ ਜਾਂ ਪ੍ਰੋਜੈਕਟਸ ਕਰ ਰਹੇ ਸਾਡੇ ਦਰਸ਼ਕਾਂ ਨੂੰ? ਬਸ ਛੇਤੀ ਕਰ ਹੁਣ ਨੈਕਸਟ Song ਵੀ 1-2 ਮਹੀਨੇ ਤੱਕ ਕਰ ਰਹੇ ਹਾਂ ਰਿਲੀਜ਼, ਮਿਊਜ਼ਿਕ ਦਾ ਮਤਲਬ ਕਰ ਲਿਆ ਚੂਜ਼ ਜਿਹੜਾ ਕਰਨਾ ਹੈ ਤੇ ਬਸ ਛੇਤੀ ਕਰਾਂਗੇ ਲੈ ਕੇ ਆ ਰਹੇ ਹਾਂ ਦਰਸ਼ਕਾਂ ਸਾਹਮਣੇ ਜੀ। ਸਭ ਨੇ ਸਪੋਰਟ ਬਹੁਤ ਕੀਤੀ ਪਹਿਲੇ ਗਾਣੇ ਨੂੰ ਤੇ ਹੁਣ ਸੈਕਿੰਡ ਵੀ ਆਪਾਂ ਥੋੜ੍ਹਾ ਇਸ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਸਪੋਰਟ ਕਰਨ, ਹੋਰ ਵੀ ਆਪਾਂ ਲੋਕਾਂ ਅੱਗੇ ਆ ਸਕੀਏ ਜੀ। ਬਿਲਕੁਲ। ਤੇ ਜੇ ਅਸੀਂ ਗੱਲ ਕਰੀਏ ਕਿ ਜਾਂਦੇ ਹੋਏ ਕੋਈ ਸੁਨੇਹਾ ਦੇਣਾ ਹੋਵੇ ਤੁਹਾਡੇ ਆਪਣੇ ਫੈਨਸ ਨੂੰ ਜਾਂ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸੁਨੇਹਾ ਤਾਂ ਇਹ ਦੇਣਾ ਚਾਹੁੰਦੇ ਆ ਜੀ ਕਿ ਨਸ਼ੇ ਪੱਤੇ ਤੋਂ ਦੂਰ ਰਹੋ ਸਾਰਿਆਂ ਨੇ, ਤੇ ਘਰਦਿਆਂ ਦਾ ਸਤਿਕਾਰ ਕਰੋ, ਮਾਂ ਪਿਓ ਦਾ ਸਤਿਕਾਰ ਕਰੋ ਕਿ ਉਹੀ ਆ ਜੀ ਉਹਨਾਂ ਨੇ ਨਾਲ ਖੜਨਾ ਵਾ, ਕੋਈ ਨੀ ਨਾਲ ਖੜਦਾ ਜੀ ਮਾਂ ਪਿਓ ਤੋਂ ਬਿਨਾਂ, ਬਸ ਆਹੀ ਆ ਜੀ ਨਸ਼ੇ ਪੱਤੇ ਤੋਂ ਬਚੇ ਰਹੋ। ਕਰਨ ਵਾਲੀਆ ਜੀ ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਪ੍ਰੋਗਰਾਮ ਵਿੱਚ ਆਏ ਔਰ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ 'ਚ ਆਏ ਮਤਲਬ ਬਹੁਤ ਵਧੀਆ ਲੱਗਾ ਜੀ, ਪੰਜਾਬ ਪਲੱਸ ਚੈਨਲ ਨੇ ਸਾਨੂੰ ਮਤਲਬ ਮੌਕਾ ਦਿੱਤਾ ਇੰਟਰਵਿਊ ਕਰਨ ਲਈ, ਮੇਰਾ ਫਸਟ ਵਾਰੀ ਆ ਤੇ ਵਧੀਆ ਲੱਗ ਰਿਹਾ ਆਪਦੇ ਆਪ ਨੂੰ ਕਿ ਬਹੁਤ ਵਧੀਆ ਫੀਲ ਹੋ ਰਿਹਾ ਅੱਜ ਕਿ ਇੱਥੇ ਤੱਕ ਵੀ ਪਹੁੰਚ ਸਕਦੇ ਆਪਾਂ ਆ ਜਾ ਕੇ, ਬਸ ਮਿਹਨਤ ਆ ਜੀ, ਮਿਹਨਤ ਕਰੋ ਸਾਰੇ ਪਹੁੰਚੇ। ਥੈਂਕ ਯੂ ਸਰ।